ਅੱਜ ਦੇ ਇਸ ਟਕਸਾਲੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਚ ਮੰਚ ਤੇ ਉਪਸਥਿਤ ਕਾਂਗਰਸ ਪਾਰਟੀ ਦੇ ਔਰ ਸਿਆਸਤ ਦੇ ਬਾਬਾ ਬੋਰਡ ਜਿਨ੍ਹਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਸਿੱਖਣ ਦਾ ਮੌਕਾ ਮਿਲਿਆ ਔਰ ਖਾਸ ਕਰਕੇ ਰਾਜਾ ਵੜਿੰਗ ਨੂੰ ਮੈਂ ਛੋਟਾ ਜਿਹਾ ਹੁੰਦਾ ਤੱਕਦਾ ਹੁੰਦਾ ਸੀਗਾ ਸਰਦਾਰ ਲਾਲ ਸਿੰਘ ਜੀ ਨੂੰ ਕਹਿਣੀ ਔਰ ਕਰਨੀ ਦੇ ਪੱਕੇ ਔਰ ਜਿਸ ਤਰ੍ਹਾਂ ਹਰਦਿਆਲ ਸਿੰਘ ਕੰਬੋਜ ਸਾਹਿਬ ਹੋਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣਾਉਣ ਚ ਬਹੁਤ ਵੱਡਾ ਆਪਦਾ ਰੋਲ ਅਦਾ ਕਰਨ ਵਾਲੇ ਬੇਸ਼ੱਕ ਮੁੱਖ ਮੰਤਰੀ ਤਾਂ ਨਹੀਂ ਰਹੇ ਪਰ ਕਈ ਮੁੱਖ ਮੰਤਰੀ ਬਣਾਉਣ ਵਾਲੇ ਸਰਦਾਰ ਲਾਲ ਸਿੰਘ ਜੀ ਮੰਚ ਤੇ ਉਪਸਥਿਤ ਨੇ। ਬਹੁਤ ਹੀ ਸਤਿਕਾਰਯੋਗ ਮੈਂ ਸਮਝਦਾ ਕਿ ਜਿਨ੍ਹਾਂ ਨੇ ਪਟਿਆਲਾ ਸਿਆਸਤ ਨੂੰ ਬੜਿਓ ਨੇੜਿਓ ਹੋ ਕੇ ਚਲਾਇਆ ਵੇਖਿਆ ਔਰ 30 ਸਾਲ ਦੇ ਆਪਦੇ ਰਾਜਨੀਤਿਕ ਕੈਰੀਅਰ ਦੇ ਵਿੱਚ ਇਸ ਪਟਿਆਲਾ ਦੇ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕੀਤੀ ਔਰ ਸਾਈਕਲ ਤੋਂ ਚੱਲ ਕੇ ਕੱਲਿਆਂ ਕਹਿ ਰਿਹਾ ਅੱਜ ਇੱਥੋਂ ਤੱਕ ਪਹੁੰਚਣ ਚ ਕਾਮਯਾਬ ਹੋਏ ਔਰ ਜਿਹੜੇ ਅੱਜ ਲੋਕ ਕਹਿੰਦੇ ਨੇ ਕਿ ਅਸੀਂ ਬਹੁਤ ਵੱਡੇ ਘਰਾਣੇ ਆ ਉਹਨਾਂ ਨੂੰ ਵੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਸਾਥ ਦੇ ਕੇ ਇੱਥੋਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਸਰਦਾਰ ਹਰਦਿਆਲ ਸਿੰਘ ਜੀ ਕੰਬੋਜ ਸਾਹਿਬ ਬਹੁਤ ਸਤਿਕਾਰਯੋਗ ਮੇਰੇ ਵੱਡੇ ਭਰਾ ਸਰਦਾਰ ਲਾਲ ਸਿੰਘ ਜੀ ਦੇ ਫਰਜ਼ੰਦ ਬਹੁਤ ਹੋਣਹਾਰ ਵਿਅਕਤੀ ਸਾਬਕਾ MLA ਕਾਕਾ ਰਜਿੰਦਰ ਸਿੰਘ ਜੀ ਬਹੁਤ ਸਤਿਕਾਰਯੋਗ ਸਾਡੇ ਜਨਰਲ ਸਕੱਤਰ ਕਾਂਗਰਸ ਕਮੇਟੀ ਦੇ ਸੰਦੀਪ ਸੰਧੂ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸਾਬਕਾ MLA ਰਾਜਲਾ ਸਾਹਿਬ ਬਹੁਤ ਸਤਿਕਾਰਯੋਗ ਮੇਰੀ ਭੈਣ ਜਿਨ੍ਹਾਂ ਨੇ ਬਹੁਤ ਸਾਲਾਂ ਦਾ ਮੈਂ ਸਮਝਦਾ ਸੰਘਰਸ਼ ਹੈ ਉਸ ਮੇਰੀ ਭੈਣ ਦਾ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਰੰਧਾਵਾ ਜੀ ਬਹੁਤ ਸਤਿਕਾਰਯੋਗ ਸਾਡੇ ਬਜ਼ੁਰਗ ਲੀਡਰ ਨਿਰਮਲ ਸਿੰਘ ਜੀ ਛਤਰਾਣਾ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਮੇਅਰ ਰਹੇ ਔਰ ਨਫੀਸ ਤੇ ਸ਼ਰੀਫ ਇਨਸਾਨ ਆਦਰਨੀਆ ਵਿਸ਼ਨੂੰ ਸ਼ਰਮਾ ਜੀ ਤੇ ਸਾਡੇ ਬਲਾਕਾਂ ਦੇ ਪ੍ਰਧਾਨ ਸਹਿਬਾਨ ਤੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਥੀਓ ਅੱਜ ਮੈਂ ਵਧਾਈ ਦੇਣਾ ਚਾਹੁੰਦਾ ਪਟਿਆਲੇ ਦੀ ਕਾਂਗਰਸ ਨੂੰ ਧਰਮ ਨਾਲ 2 ਸਾਲਾਂ ਚ ਜਦੋਂ ਮੈਂ ਕਦੇ ਨਾ ਕਦੇ ਕਹਿੰਦਾ ਸੀ ਇਕੱਠ ਵੀ ਆਪਾਂ ਜਨਤਾ ਬੁਲਾਉਣੀ ਹੈ ਜਾਂ ਮਿਲਣਾ ਹੈ ਤੇ ਕਈ ਵਾਰੀ ਇਹ ਵੀ ਕਿਹਾ ਜਾਂਦਾ ਸੀ ਕਿ ਸ਼ਾਇਦ ਯਾਰ ਕੰਮ ਰੁਝੇਵੇਂ ਹੈ ਲੋਕਾਂ ਨੂੰ ਸ਼ਾਇਦ ਨਾ ਆਉਣ ਇਹ ਬਿਪਤਾ ਸੀਗੀ ਕਦੇ ਕਦੇ ਗੱਲ ਕਰਦੇ ਸੀ ਲੀਡਰ ਸਾਹਿਬਾਨ ਲੇਕਿਨ ਅੱਜ ਦਾ ਜਿਹੜਾ ਇਕੱਠ ਹੈ ਸੰਦੀਪ ਸੰਧੂ ਸਾਹਿਬ ਇਸ ਤੋਂ 3 ਗੁਣਾ ਰਸ਼ ਬਾਹਰ ਸੀਗਾ ਰਾਜਾ ਵੜਿੰਗ ਅੱਜ ਤੁਰ ਕੇ ਆਇਆ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਪਿਆਰ ਇਹਨਾਂ ਲੀਡਰਾਂ ਦੇ ਪ੍ਰਤੀ ਜਿਹੜਾ ਅੱਜ ਵੇਖਣ ਨੂੰ ਮਿਲਿਆ ਸ਼ਾਇਦ ਇਹ ਨਵਾਂ ਇਨਕਲਾਬ ਸੀਗਾ ਸਾਡੀਆਂ ਦੋਵੇਂ ਮੇਰੀਆਂ ਭੈਣ ਜੀਆਂ ਵੀ ਮੰਚ ਤੇ ਉਪਸਥਿਤ ਹਨ ਸ਼੍ਰੀਮਤੀ ਹਰਦਿਆਲ ਕੰਬੋਜ ਤੇ ਸ਼੍ਰੀਮਤੀ ਕਾਕਾ ਰਜਿੰਦਰ ਸਿੰਘ ਅੱਜ ਦੇ ਇਸ ਇਕੱਠ ਨੇ ਸਾਬਤ ਕਰਤਾ
ਕਿ ਇਹ ਲੀਡਰ ਹੈ ਜਿਹੜੇ ਜ਼ਮੀਨੀ ਸਤਰ ਤੇ ਜਿਹੜੇ ਪੰਜਾਬ ਦੇ ਲੀਡਰ ਹਨ, ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹੋ ਜਿਹੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਅਗਰ ਅੱਖੋਂ ਪਰੋਖੇ ਕਾਂਗਰਸ ਪਾਰਟੀ ਔਰ ਅਸੀਂ ਕਰਾਂਗੇ ਤਾਂ ਫਿਰ ਅੰਜਾਮ ਚੰਗਾ ਨਹੀਂ ਹੋਏਗਾ, ਕਿਉਂਕਿ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੇ ਆਪਦੇ ਖੂਨ ਪਸੀਨੇ ਦੇ ਨਾਲ ਮਿਹਨਤ ਕਰਕੇ ਅੱਜ ਪੰਜਾਬ ਦੇ ਲੋਕਾਂ ਦੀ ਵਾਗਡੋਰ ਸੰਭਾਲੀ ਹੈ, ਪਟਿਆਲੇ ਦੇ ਲੋਕਾਂ ਦੀ ਵਾਗਡੋਰ ਸੰਭਾਲੀ ਹੈ। ਆ ਮੈਨੂੰ ਯਾਦ ਹੈ, ਇਹ ਸਾਡੇ ਚੀਫ ਵਿਫ ਹੋਇਆ ਕਰਦੇ ਸਨ ਸਰਦਾਰ ਹਰਦਿਆਲ ਕੰਬੋਜ ਸਾਹਿਬ। ਬੇਸ਼ੱਕ ਰਾਜਾ ਪੁਡਿੰਗ ਪੰਜਾਬ ਦਾ ਪ੍ਰਧਾਨ ਬਣ ਗਿਆ, ਲੇਕਿਨ ਵਿਧਾਨ ਸਭਾ ਚ ਭਾਸ਼ਣ ਬੋਲਣ ਵੇਲੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦਾ ਸੀ ਕਿ ਰਾਜਾ ਵੜਿੰਗ ਵਧੇਰੇ ਸਮਾਂ ਲੈ ਕੇ ਵਿਧਾਨ ਸਭਾ ਚ ਬੋਲੇ, ਲੇਕਿਨ ਚੁੱਪ ਚੁਪੀਤੇ ਆਪਦੀ ਪਾਰਖੂ ਅੱਖ ਦੇ ਨਾਲ ਮੈਨੂੰ ਇਹ ਕਹਿੰਦੇ ਹੁੰਦੇ ਸੀ ਕਿ ਟਾਈਮ ਅੱਜ ਤੈਨੂੰ ਨਹੀਂ ਦਿੱਤਾ, ਲੇਕਿਨ ਮੈਂ ਤੇਰਾ ਇੰਤਜ਼ਾਮ ਕਰਤਾ। ਮੈਂ ਸਪੀਕਰ ਨੂੰ ਕਹਿਤਾ ਕਿ ਰਾਜੇ ਵੜਿੰਗ ਨੂੰ 10 ਮਿੰਟ ਜ਼ਰੂਰ ਬੁਲਾਉਣਾ। ਇਹ ਹਰਦਿਆਲ ਸਿੰਘ ਕੰਬੋਜ, ਬੇਸ਼ੱਕ ਅਮਰਿੰਦਰ ਸਿੰਘ ਦੀ ਸਿਆਸਤ ਸੀ, ਇੱਥੇ ਮੁੱਖ ਮੰਤਰੀ ਪੰਜਾਬ ਦੇ ਉਹ ਸਨ, ਜਾਣੀ ਕਿ ਜਿਹੜਾ ਕਾਬਲ ਕਾਂਗਰਸ ਦਾ ਬੰਦਾ ਹੈ ਉਹਨੂੰ ਇਹ ਮਰਨ ਨਹੀਂ ਦਿੰਦੇ ਸਨ। ਉਹ ਕਹਿੰਦੇ ਚੁੱਪ ਚੁਪੀਤੇ ਭਾਵੇਂ ਕਿਵੇਂ ਹੀ ਬੁਲਾਉਣਾ ਤੇ ਰਾਜੇ ਵੜਿੰਗ ਨੂੰ ਟਾਈਮ ਦਵਾਓ। ਅੱਜ ਇਸੇ ਕਰਕੇ ਰਾਜੇ ਵੜਿੰਗ ਹਰੀ ਤੀਜੀ ਵਾਰੀ ਬਣ ਗਏ। ਲਾਲ ਸਿੰਘ ਜੀ ਦੀ ਅੱਜ ਗੱਲ ਸੁਣਾਉਣਾ ਚਾਹੁੰਦਾ। ਮੈਂ ਯੂਥ ਕਾਂਗਰਸ ਦਾ ਇਲੈਕਸ਼ਨ ਲੜਿਆ, 2008 ਦੀ ਗੱਲ ਹੈ, ਕੈਪਟਨ ਅਮਰਿੰਦਰ ਸਿੰਘ ਦੀ ਉਹਦਾ ਤੂਤੀ ਬੋਲਦਿਆ ਕਰਦੀ ਸੀ ਤੇ ਮੈਂ ਬਿੱਟੂ ਦੇ ਨਾਲ ਚੁਣਾਵ ਲੜਦਾ ਸੀ, ਜਿਹੜਾ ਬਿੱਟੂ ਐਮਪੀ ਦਾ ਐਮਪੀ ਹੈ ਲੁਧਿਆਣੇ ਤੋਂ। ਸਾਰੇ ਲੀਡਰ ਜਵਾਬ ਦੇ ਗਏ ਮੈਨੂੰ ਪੰਜਾਬ ਦੇ ਸਾਰੇ ਲੀਡਰ। ਮੈਂ ਸਰਦਾਰ ਲਾਲ ਸਿੰਘ ਜੀ ਕੋਲੇ 2 ਦਿਨ ਪਹਿਲਾਂ ਗਿਆ, ਕਹਿੰਦੇ ਸੁਣ ਲਾ, ਮੈਂ ਥੱਲਿਓਂ ਚੱਲ ਕੇ ਆਇਆ ਤੇ ਥੱਲਿਓਂ ਜਿਹੜੇ ਬੰਦੇ ਆਉਂਦੇ ਆ ਮੈਂ ਉਹਨਾਂ ਦੀ ਕਦਰ ਕਰਦਾ। ਲੈ ਭਾਵੇਂ ਅਮਰਿੰਦਰ ਸਿੰਘ ਇੱਕ ਲੱਤ ਤੇ ਖੜਾ ਰਵੇ ਤੇ ਰਾਜਾ ਵੜਿੰਗ ਸਿਆ, ਮੈਂ ਤੇਰੀ ਮਦਦ ਕਰਨੀ ਹੈ। ਕਿਸੇ ਪੰਜਾਬ ਦੇ ਲੀਡਰ ਨੇ ਰਾਜੇ ਵੜਿੰਗ ਦੀ ਯੂਥ ਕਾਂਗਰਸ ਦੀਆਂ ਵੋਟਾਂ ਚ ਮਦਦ ਨਹੀਂ ਕੀਤੀ, ਸਰਦਾਰ ਲਾਲ ਸਿੰਘ ਜੀ ਨੇ ਕੀਤੀ। ਮੈਂ ਇਸ ਕਰਕੇ ਦੱਸ ਰਿਹਾ ਕਿ ਇਹਨਾਂ ਕਿ ਇਹਨਾਂ ਬੰਦਿਆਂ ਦੀ ਕਾਬਲੀਅਤ ਕੀ ਹੈ, ਇਹ ਬੰਦੇ ਕਿਵੇਂ, ਬੇਸ਼ੱਕ ਕਿਤੇ ਰਹਿਣ ਲੇਕਿਨ ਇਹ ਵਰਕਰ ਨੂੰ ਆਪਦੇ ਨੂੰ ਜਾਂ ਕਾਂਗਰਸ ਪਾਰਟੀ ਦੇ ਝੰਡਾ ਚੱਕਣ ਵਾਲੇ ਵਿਅਕਤੀ ਨੂੰ ਇਹ ਇਗਨੋਰ ਨਹੀਂ ਕਰ ਸਕਦੇ। ਇਹਨਾਂ ਚ ਅਸਲੀਅਤ, ਅਸਲੀ ਖੂਨ ਜਿਹੜਾ ਪਾਰਟੀ ਦੀ ਵਫਾਦਾਰੀ ਦਾ ਹੈ। ਅੱਜ ਪੱਤਰਕਾਰ ਲਾਉਣਗੇ ਕਿ ਇਹ ਬਗਾਵਤ ਸੀਗੀ, ਬਗਾਵਤ ਹੋਈ ਹੈ, ਕਈਆਂ ਨੇ ਭਾਸ਼ਣ ਦਿੱਤਾ, ਰਜਿੰਦਰ ਸਿੰਘ ਨੇ ਐ ਕਿਹਾ, ਹਰਦਿਆਲ ਸਿੰਘ ਨੇ ਐ ਕਿਹਾ, ਲਾਲ ਸਿੰਘ ਨੇ ਕਿਹਾ, ਨਹੀਂ। ਅੱਜ ਇਹ ਲਿਖਿਓ ਕਿ 56 ਸਾਲ ਰਾਜਨੀਤੀ ਚ 30 ਸਾਲ ਲਾ ਕੇ ਇਹਨਾਂ ਪਰਿਵਾਰਾਂ ਨੇ ਫੇਰ ਅੱਜ ਉਹ ਉਦਾਹਰਣ ਬਣਦੀ ਹੈ ਕਿ ਜਿਵੇਂ ਦਰੋਣਾਚਾਰਿਆ ਨੇ ਇਕਲਵਿਆ ਜਿਹੜਾ ਧਨੁਸ਼ਬਾਜੀ ਦਾ ਮਾਹਿਰ ਵਿਅਕਤੀ ਸੀਗਾ, ਜਿਵੇਂ ਅਰਜੁਨ ਨੂੰ ਦਰੋਣਾਚਾਰਿਆ ਨੇ ਸਿੱਖਿਆ ਦਿੱਤੀ, ਲੇਕਿਨ ਇਕਲਵਿਆ ਨੇ ਦਰੋਣਾਚਾਰਿਆ ਦੀ ਮੂਰਤੀ ਅੱਗੇ ਰੱਖ ਕੇ ਤੇ ਤੀਰ ਦੀ ਸਿੱਖਿਆ, ਤੀਰ ਕਮਾਨ ਦੀ ਸਿੱਖਿਆ ਲਈ ਤੇ ਜਦੋਂ ਫਿਰ ਇਕਲਵਿਆ ਦਰੋਣਾਚਾਰਿਆ ਦੇ ਸਾਹਮਣੇ ਉਹ ਕਹਿੰਦਾ, ਗੁਰੂ ਜੀ ਮੈਨੇ ਤੋ ਆਪਕੀ ਫੋਟੋ ਸਾਹਮਣੇ ਰੱਖ ਕੇ ਹੀ ਸਭ ਕੁਛ ਸਿੱਖ ਲਿਆ। ਉਹਨੇ ਕਹਿੰਦਾ ਤੀਰ ਚਲਾ ਕੇ ਵਿਖਾ। ਜਦੋਂ ਉਹਨੇ ਤੀਰ ਚਲਾਇਆ ਤੇ ਦਰੋਣਾਚਾਰਿਆ ਨੂੰ ਇਹ ਪਤਾ ਲੱਗਿਆ ਕਿ ਇਹ ਤਾਂ ਅਰਜੁਨ ਤੋਂ ਵੀ ਤਕੜਾ
ਵਿਦਵਾਨ ਹੈ ਤੇ ਫਿਰ ਉਹਨਾਂ ਨੇ ਕਿਹਾ ਕਹਿੰਦਾ ਮੈਂ ਦਕਸ਼ਨਾ ਮੰਗਣਾ ਚਾਹੁੰਦਾ ਗੁਰੂ ਦਕਸ਼ਨਾ ਕੀ ਦੇਵੇਗਾ ਇਕਲਵਿਆ ਤੇ ਇਕਲਵਿਆ ਨੇ ਕਿਹਾ ਕਿ ਤੁਸੀਂ ਮੰਗੋ ਤੇ ਦਰੋਣਾਚਾਰਿਆ ਨੇ ਕਿਹਾ ਕਿ ਮੈਨੂੰ ਤੇਰਾ ਅੰਗੂਠਾ ਚਾਹੀਦਾ ਕਹਿਣ ਦਾ ਮਤਲਬ ਇਹ ਅੱਜ ਉਹੋ ਜਿਹੀ ਉਦਾਹਰਣ ਹੈ ਇਹੋ ਜਿਹੇ ਟਕਸਾਲੀ ਪਰਿਵਾਰਾਂ ਦੀ ਉਹੋ ਜਿਹੀ ਉਦਾਹਰਣ ਹੈ ਕਿ ਜਿਨ੍ਹਾਂ ਨੇ ਕਿਹਾ ਜੇ ਕਾਂਗਰਸ ਪਾਰਟੀ ਸਾਡਾ ਅੰਗੂਠਾ ਵੀ ਮੰਗੇਗੀ ਤਾਂ ਅਸੀਂ ਦੇ ਦਿਆਂਗੇ ਲੇਕਿਨ ਕਾਂਗਰਸ ਪਾਰਟੀ ਦੇ ਨਾਲ ਖੜੇ ਰਵਾਂਗੇ ਅੱਜ ਪੰਡਾਲ ਦੇ ਅੰਦਰ ਕਾਂਗਰਸ ਪਾਰਟੀ ਅੱਜ ਪੰਡਾਲ ਦੇ ਅੰਦਰ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਹੈ ਅੱਜ ਕਾਂਗਰਸ ਪਾਰਟੀ ਦਾ ਮਗਰਲੇ ਪਾਸੇ ਰਾਹੁਲ ਗਾਂਧੀ ਸੋਨੀਆ ਗਾਂਧੀ ਖਰਗੇ ਸਾਹਿਬ ਦਾ ਬੋਰਡ ਲਾਇਆ ਹੈ ਔਰ ਮੈਂ ਲਾਲ ਸਿੰਘ ਜੀ ਕੋਲੇ ਅਕਸਰ ਜਦੋਂ ਜਾਂਦਾ ਸੀ ਮੈਨੂੰ ਕਹਿੰਦੇ ਸੀ ਗੱਲ ਸੁਣ ਲਾ ਬੜੇ ਆਏ ਤੇ ਬੜੇ ਗਏ ਬੜੇ ਆਏ ਤੇ ਬੜੇ ਗਏ ਕਾਂਗਰਸ ਪਾਰਟੀ ਉੱਥੇ ਦੀ ਉੱਥੇ ਖੜੀ ਰਹੀ ਕਿਉਂਕਿ ਜਦੋਂ ਲੋਕ ਜਾਂਦੇ ਸੀ ਪਾਰਟੀ ਛੱਡ ਕੇ ਚਿੱਤ ਘਬਰਾਉਂਦਾ ਸੀ ਵੱਡੇ ਵੱਡੇ ਲੋਕ ਚਲੇ ਗਏ ਸਰਦਾਰ ਲਾਲ ਸਿੰਘ ਜੀ ਨੂੰ ਟਿਕਟ ਨਹੀਂ ਦਿੱਤੀ ਪਿਛਲੀ ਵਾਰੀ ਪਿਛਲੀ ਤੋਂ ਪਿਛਲੀ ਵਾਰੀ ਇਸ ਕਰਕੇ ਨਹੀਂ ਦਿੱਤੀ ਕਿ ਮੁੱਖ ਮੰਤਰੀ ਜਿਹੜਾ ਪੰਜਾਬ ਬਣਨਾ ਚਾਹੁੰਦਾ ਸੀ ਉਹਨੂੰ ਸ਼ੱਕ ਸੀਗਾ ਹਾਲਾਂਕਿ ਲਾਲ ਸਿੰਘ ਵਫਾਦਾਰ ਸਨ ਕਿ ਮੈਂ ਨਹੀਂ ਬਣਨਾ ਮੈਨੂੰ ਪਤਾ ਹੈ ਮੈਂ ਵੀ ਰਾਹੁਲ ਗਾਂਧੀ ਦੇ ਨੇੜੇ ਰਿਹਾ ਰਾਹੁਲ ਗਾਂਧੀ ਬਹੁਤ ਪਿਆਰ ਕਰਦਾ ਸੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਇੱਕ ਲੱਤ ਤੇ ਖੜੇ ਹੋ ਗਏ ਨਹੀਂ ਤਾਂ ਦੋ ਟਿਕਟਾਂ ਸੀਗੀਆਂ ਸਰਦਾਰ ਰਜਿੰਦਰ ਸਿੰਘ ਤੇ ਸਰਦਾਰ ਲਾਲ ਸਿੰਘ ਜੀ ਨੂੰ ਪੰਜਾਬ ਦੇ ਵਿੱਚ ਇੱਕ ਹੀ ਬੰਦੇ ਨਾਲ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਸੀ ਇਹ ਮੈਨੂੰ ਇਸ ਗੱਲ ਦਾ ਯਕੀਨ ਹੈ ਪਤਾ ਹੈ ਸੋ ਕਹਿਣ ਦਾ ਭਾਵ ਹੈ ਇਹ ਬੰਦੇ ਜਿਨ੍ਹਾਂ ਦੀਆਂ ਕੁਰਬਾਨੀਆਂ ਉਹਨੂੰ ਡਰ ਪੈ ਗਿਆ ਕਿ ਮੁੱਖ ਮੰਤਰੀ ਲਾਲ ਸਿੰਘ ਨਾ ਬਣ ਜਾਏ ਕਿਤੇ ਲੇਕਿਨ ਲਾਲ ਸਿੰਘ ਜੀ ਨੇ ਤਾਂ ਕਦੇ ਇਹ ਲਾਲਸਾ ਦਿਖਾਈ ਨਹੀਂ ਅਗਰ ਲਾਲ ਸਿੰਘ ਜੀ ਚਾਹੁੰਦੇ ਇੱਕ ਪਾਸੇ ਖੜੇ ਹੋ ਜਾਂਦੇ ਤੇ ਪੌਣੀ ਕਾਂਗਰਸ ਲਾਲ ਸਿੰਘ ਦੇ ਨਾਲ ਖੜੀ ਹੋ ਜਾਂਦੀ ਸਾਡੇ ਵਰਗੇ ਨੌਜਵਾਨ ਐਮਐਲਏ ਵੀ ਅਸੀਂ ਲਾਲ ਸਿੰਘ ਜੀ ਦੇ ਨਾਲ ਹੈ ਲੇਕਿਨ ਵਫਾਦਾਰੀ ਚ ਕਦੇ ਕਸਰ ਨਹੀਂ ਹੋਣ ਦਿੱਤੀ ਇਹਨਾਂ ਲੋਕਾਂ ਨੇ ਸੋ ਮੈਂ ਸਮਝਦਾ ਅੱਜ ਲੜਾਈ ਬਹੁਤ ਵੱਡੀ ਹੈ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਲਾਲ ਸਿੰਘ ਜੀ ਨੇ ਆਪਦੇ ਭਾਸ਼ਣ ਚ ਕਿਹਾ ਕਿ ਡੈਮੋਕਰੇਸੀ ਨੂੰ ਬਚਾਉਣਾ ਹੈ ਲੋਕਤੰਤਰ ਬਚਾਉਣਾ ਹੈ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਚਾਉਣਾ ਹੈ ਇਹ ਲੜਾਈਆਂ ਛੋਟੀਆਂ ਹੈ ਆ ਮੈਂ ਤੁਹਾਡੇ ਸਾਹਮਣੇ ਖੜਾ ਮਨਪ੍ਰੀਤ ਬਾਦਲ ਨੂੰ ਹਰਾ ਕੇ ਆਇਆ ਮਨਪ੍ਰੀਤ ਬਾਦਲ ਮੰਤਰੀ ਬਣਿਆ ਲੇਕਿਨ ਮੈਂ ਐਮਐਲਏ ਰਿਹਾ ਗਿਲਾ ਸ਼ਿਕਵਾ ਕਰਨਾ ਪਾਰਟੀ ਦੇ ਨਾਲ ਜਾਇਜ਼ ਹੈ ਰਾਹੁਲ ਗਾਂਧੀ ਨੂੰ ਇਹਨਾਂ ਨੇ ਆਪਦੀ ਰਾਹੁਲ ਗਾਂਧੀ ਨੇ ਗੱਲ ਕੀਤੀ ਇਹਨਾਂ ਨਾਲ ਆਪਣੀ ਸਾਰੀ ਗੱਲ ਰੱਖਦੀ ਹੈ ਸਾਰੀ ਗੱਲ ਤੋਂ ਰਾਹੁਲ ਗਾਂਧੀ ਪੰਜਾਬ ਦਾ ਜਿਹੜਾ ਸਾਡਾ ਲੀਡਰ ਹੈ ਉਹ ਵਾਕਫ ਹੈ ਖਰਗੇ ਸਾਹਿਬ ਵਾਕਫ ਹੈ ਲੇਕਿਨ ਮੰਤਰੀ ਉਹ ਬਣਾਏ ਜਦੋਂ ਤੇ ਮੈਂ ਆਰਾਮ ਨਾਲ ਬੈਠਾ ਰਿਹਾ ਮਨ ਚ ਬੜਾ ਗਿਲਾ ਸੀਗਾ ਜਿਵੇਂ ਅੱਜ ਇਹਨਾਂ ਦੇ ਸ਼ਿਕਵਾ ਸੀਗਾ ਲੇਕਿਨ ਕਾਂਗਰਸ ਪਾਰਟੀ ਦਾ ਫਤਵਾ ਅੰਤਿਮ ਫਤਵਾ ਮੰਨਦਿਆਂ ਹੋਇਆਂ ਲਓ ਅੱਜ ਰਾਜਾ ਵੜਿੰਗ ਪ੍ਰਧਾਨ ਬਣ ਗਿਆ ਤੇ ਮਨਪ੍ਰੀਤ ਬਾਦਲ 64,000 ਵੋਟਾਂ ਦੇ ਨਾਲ ਹਰ ਕੇ ਤੇ ਅੱਜ ਪਾਰਟੀ ਹੁਣ ਸ਼ਾਇਦ ਦੁਬਾਰੇ ਫੇਰ ਪਾਰਟੀ ਬਦਲਣ ਲੱਗੇ ਇਹ ਲੋਕਤੰਤਰ ਦੀ ਲੜਾਈ ਹੈ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਇੱਕ ਵਿਅਕਤੀ ਖੜਾ ਹੈ ਅੱਜ ਦੇਸ਼ ਇੱਕ ਵਿਅਕਤੀ ਉਹ ਹੈ ਰਾਹੁਲ ਗਾਂਧੀ ਜਿਹੜਾ ਈਡੀ ਤੋਂ ਨਹੀਂ ਚੁੱਕਿਆ ਜਿਹੜਾ ਸੀਬੀਆਈ ਤੋਂ ਨਹੀਂ ਚੁੱਕਿਆ ਜਿਹੜਾ ਇਨਕਮ ਟੈਕਸ ਤੋਂ ਨਹੀਂ ਚੁੱਕਿਆ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ 2 ਸਾਲ ਦੀ ਘਰ ਖੋਲਿਆ ਸਦਸਤਾ ਰੱਦ ਕਰਤੀ ਲੇਕਿਨ ਡਿੱਗਿਆ ਨਹੀਂ ਅੱਜ ਸਾਰੀਆਂ ਪਾਰਟੀਆਂ ਸਿੱਟ ਲਈਆਂ ਮੁੱਖ ਮੰਤਰੀ ਅੰਦਰ ਕਰਤੇ ਨਰਿੰਦਰ ਮੋਦੀ ਨੇ ਲੇਕਿਨ ਇੱਕ ਬੰਦੇ ਨੂੰ ਹਜੇ ਤੱਕ
ਹੱਥ ਨਹੀਂ ਲਾ ਸਕਿਆ ਕਿਉਂਕਿ ਉਹ ਸੱਚਾ ਵਿਅਕਤੀ ਹੈ। ਅੱਜ ਹੁਣ ਫੈਸਲਾ ਪੰਜਾਬ ਦੇ ਲੋਕੋ ਤੁਸੀਂ ਕਰਨਾ ਹੈ। ਇਹ 2027 ਚ ਆਪਾਂ ਫੈਸਲਾ ਦੁਬਾਰੇ ਕਰਾਂਗੇ ਕਿ ਪੰਜਾਬ ਦੇ ਵਿੱਚ ਕਿਹੜਾ ਰਾਜ ਲੈ ਕੇ ਆਉਣਾ। ਜੇ ਕਾਂਗਰਸ ਪਾਰਟੀ ਚੰਗੀ ਹੋਈ, ਸਾਡਾ ਹਿਸਾਬ ਕਿਤਾਬ ਹੋਇਆ, ਤਾਂ ਤੁਸੀਂ ਸਾਡਾ ਰਾਜ ਲੈ ਕੇ ਆਉਣਾ। ਇਹ ਲੋਕਾਂ ਨੂੰ ਹੋਕਾ ਦੇਣਾ ਜਾ ਕੇ ਤੁਸੀਂ ਕਾਂਗਰਸੀ ਹੋ, ਤੇ ਜੇ ਕਿਸੇ ਦਾ ਹੋਰ ਰਾਜ ਚੰਗਾ ਰਿਹਾ ਹੋਇਆ ਤਾਂ ਉਹਨੂੰ ਜਿਤਾਉਣਾ। ਲੇਕਿਨ ਇਹ ਫੈਸਲਾ ਕੁੱਲ ਲੜਾਈ ਹੈ, ਨਿਰਣਾਇਕ ਲੜਾਈ ਹੈ। ਇਸ ਰਾਜਨੀਤੀ ਨੇ ਦੇਸ਼ ਨੇ ਨਵਾਂ ਮੋੜ ਲੈਣਾ, ਨਵਾਂ ਇਨਕਲਾਬ ਖੜਾ ਹੋਣਾ। ਅਗਰ ਕਿਸੇ ਬੰਦੇ ਨੇ ਵੋਟ ਇੱਧਰ ਉੱਧਰ ਕਰਤਾ ਤਾਂ ਸਮਝ ਲਓ ਪੰਜਾਬ ਡੁੱਬ ਗਿਆ, ਪੰਜਾਬ ਦੇਸ਼ ਦੇ ਨਕਸ਼ੇ ਤੋਂ ਖਤਮ ਹੋ ਜਾਏਗਾ। ਪੰਜਾਬ ਦੇ ਪੱਗ ਵਾਲੇ ਨੂੰ ਲੋਕ ਖਾਲਿਸਤਾਨੀ ਕਿਆ ਕਰਨਗੇ, ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ, ਉਹਨਾਂ ਨੂੰ ਖਾਲਿਸਤਾਨੀ ਕਿਆ ਕਰਨਗੇ। ਅੱਜ ਪੰਜਾਬ ਦੇ ਕਿਸਾਨ ਦਾ ਜੋ ਹਾਲ ਹੈ, ਬਾਰਡਰਾਂ ਤੇ ਬੈਠਾ ਉਹ ਕਿਸਾਨ ਤੁਹਾਡੇ ਸਾਹਮਣੇ, ਜਿਹਨੂੰ ਅੱਜ ਅੰਬਾਲਾ ਦਾ ਬਾਰਡਰ ਖਨੌਰੀ ਨਹੀਂ ਟੱਪਣ ਦਿੱਤਾ ਗਿਆ। ਔਰ ਅਗਰ ਦੇਸ਼ ਦੇ ਵਿੱਚ ਤੀਜੀ ਵਾਰੀ ਨਰਿੰਦਰ ਮੋਦੀ ਆਇਆ ਤਾਂ ਸਮਝ ਲਓ ਪੰਜਾਬ ਦੇ ਕਿਸਾਨ ਨੂੰ ਘਰੋਂ ਨਹੀਂ ਨਿਕਲ ਦਿੱਤਾ ਜਾਏਗਾ। ਸੋ ਇਸ ਕਰਕੇ ਇਸ ਨਿਰਣਾਇਕ ਲੜਾਈ ਦੇ ਵਿੱਚ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਤੇ ਵਜ਼ੀਰ ਖਾਨ ਤੇ ਜਿੱਤ ਪ੍ਰਾਪਤ ਕਰਕੇ ਫਿਰ ਖਾਲਸੇ ਦੀ ਸਥਾਪਨਾ ਕੀਤੀ ਸੀ, ਇਹ ਉਹ ਲੜਾਈ ਹੈ। ਤੁਹਾਨੂੰ ਲੜਨਾ ਪਏਗਾ ਔਰ ਵੰਡਿਆ ਨਹੀਂ ਜਾਣਾ। ਅਗਰ ਅਸੀਂ ਵੰਡੇ ਗਏ, ਤੁਸੀਂ ਦੇਖ ਲਓ, ਉਸ ਤੋਂ ਬਾਅਦ ਖਾਲਸਾ ਰਾਜ ਬਣਿਆ, ਮਿਸਲਾਂ ਬਣ ਗਈਆਂ, ਅੱਡ ਅੱਡ ਕਈ ਮਿਸਲਾਂ ਬਣੀਆਂ। ਇੱਕ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਸੀ, ਫਿਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਪਰਾਲਾ ਹੋਇਆ, ਜਿਹਨਾਂ ਦੀ ਮਿਸਲ ਦਾ ਨਾਂ ਸੀ ਸ਼ੁਕ ਚੱਕੀ। ਉਸ ਉਪਰਾਲੇ ਦੇ ਨਾਲ ਸਾਰੀਆਂ ਮਿਸਲਾਂ, ਸਾਰੀਆਂ ਮਸਲਾਂ ਇਕੱਠੀਆਂ ਕੀਤੀਆਂ ਤੇ ਫਿਰ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ, ਕੱਲੀਆਂ ਕੱਲੀਆਂ ਮਿਸਲਾਂ ਰਾਜ ਤਾਂ ਕਰਦੀਆਂ ਰਹੀਆਂ, ਲੇਕਿਨ ਅਸੀਂ ਪੰਜਾਬ ਨੂੰ ਵੱਡਾ ਨਹੀਂ ਕਰ ਸਕੇ, ਸਾਡਾ ਰਾਜ ਵੱਡਾ ਨਹੀਂ ਹੋਇਆ ਕਿਉਂਕਿ ਅਸੀਂ ਮਿਸਲਾਂ ਦੇ ਵਿੱਚ ਵੰਡੇ ਹੋਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਉਪਰਾਲੇ ਦੇ ਨਾਲ ਮਿਸਲਾਂ ਇਕੱਠੀਆਂ ਹੋਈਆਂ ਤੇ ਫਿਰ ਪਾਕਿਸਤਾਨ ਤੇ ਅਫਗਾਨਿਸਤਾਨ ਤੱਕ ਜਿੱਤ ਪ੍ਰਾਪਤ ਕੀਤੀ ਤੇ ਅੱਜ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਹੈ। ਇਕੱਠ ਦੇ ਵਿੱਚ ਇੰਨੀ ਤਾਕਤ ਹੈ, ਇਕੱਠ ਦੇ ਵਿੱਚ। ਇਸੇ ਤਰ੍ਹਾਂ ਚਲੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਨਹੀਂ ਵੇਖਿਆ, ਆਹ ਕਿਸਾਨੀ ਅੰਦੋਲਨ ਵੇਖਿਆ ਇਸ ਵਾਰੀ ਦਾ, ਜਿੱਥੇ ਚਾਹੇ ਹਿੰਦੂ ਸੀਗਾ, ਚਾਹੇ ਸਿੱਖ ਸੀਗਾ, ਚਾਹੇ ਮਜ਼ਦੂਰ ਸੀਗਾ, ਚਾਹੇ ਮੁਸਲਮਾਨ ਸੀਗਾ, ਪੰਜਾਬ ਦੇ ਲੋਕਾਂ ਨੇ ਪਿਛਲੀ ਵਾਰੀ ਦੇ ਕਿਸਾਨੀ ਅੰਦੋਲਨ ਦੇ ਵਿੱਚ ਇਹ ਤਕੜੇ ਹੋ ਕੇ ਬਾਰਡਰਾਂ ਤੇ ਪਹਿਰਾ ਦਿੱਤਾ। 8 ਮਹੀਨੇ ਸਾਲ ਉੱਥੇ ਲੱਗਿਆ, ਸ਼ਹੀਦੀਆਂ ਹੋਈਆਂ, ਲੋਕ ਸ਼ਹੀਦ ਹੋਏ, ਲੇਕਿਨ ਅਸੀਂ ਜਿੱਤ ਕੇ ਵਾਪਸ ਆਏ ਸਾਂ। ਜਿਹੜਾ ਅੱਜ ਦਾ ਜਿਹੜੀ ਸਰਕਾਰ ਹੈ, ਜਿਹੜੀ ਮੰਨਦੀ ਨਹੀਂ ਸੀ, ਉਹਨੂੰ ਇਹ ਕਹਿਣਾ ਪਿਆ ਨਰਿੰਦਰ ਮੋਦੀ ਨੂੰ, ਬੇਸ਼ੱਕ ਝੂਠਾ ਢਕਵੰਗ ਸਾਡੇ ਨਾਲ ਰਚਿਆ, ਲੇਕਿਨ ਉਹਨੂੰ ਕਹਿਣਾ ਪਿਆ ਕਿ ਮੈਂ ਕਿਸਾਨਾਂ ਦੀਆਂ ਮੰਗਾਂ ਮੰਨਦਾ। ਠੀਕ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਮੰਗਾਂ ਮੰਨ ਕੇ ਦੁਬਾਰੇ ਮੁੱਕਰ ਗਿਆ। ਕਹਿਣ ਤੋਂ ਭਾਵ ਹੈ ਅਗਰ ਇਕੱਠੇ ਹੋ ਕੇ ਲੜਾਂਗੇ, ਅਗਰ ਇਕੱਠੇ ਹੋ ਕੇ ਲੜਾਂਗੇ ਛੋਟੀਆਂ ਲੜਾਈਆਂ, ਤਾਂ ਅਸੀਂ ਵੱਡੀ ਲੜਾਈ, ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਤੇ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਸਕਦੇ ਹਾਂ, ਤੇ ਨਹੀਂ ਤਾਂ ਵੱਖਰੇ ਵੱਖਰੇ ਨਹੀਂ ਲੜੀਆਂ ਜਾਣੀਆਂ। ਪਰ ਮੈਨੂੰ ਮਾਣ ਹੈ ਮੇਰੇ ਲੀਡਰਾਂ ਤੇ, ਮੈਨੂੰ ਮਾਣ ਹੈ
ਲਾਲ ਸਿੰਘ ਜੀ ਵਰਗੇ ਉਹਨਾਂ ਸਿਆਸਤਦਾਨਾਂ ਤੇ, ਸਰਦਾਰ ਹਰਦਿਆਲ ਸਿੰਘ ਕੰਬੋਜ ਵਰਗੇ ਲੋਕਾਂ ਤੇ, ਰਜਿੰਦਰ ਸਿੰਘ ਜੀ ਵਰਗਿਆਂ ਤੇ, ਨਿਰਮਲ ਸਿੰਘ ਜੀ ਵਰਗਿਆਂ ਦੇ ਇਹ ਹੁੰਦੀ ਹੈ। ਅੱਜ ਨਿਰਮਲ ਸਿੰਘ ਸ਼ਤਰਾਣਾ ਅੱਜ ਵੀ ਸਾਡੇ ਵਿੱਚ ਬੈਠਾ, ਯਾਰ ਪਿਛਲੀ ਵਾਰੀ ਟਿਕਟ ਨਹੀਂ ਦਿੱਤੀ। ਉਹ ਸਾਡੀ ਰੰਧਾਵਾ ਕੁੜੀ ਕਈ ਸਾਲ ਹੋ ਗਏ ਟਿਕਟ ਨਹੀਂ ਦਿੱਤੀ, ਉਹ ਸਾਡੇ ਵਿੱਚ ਬੈਠੀ। ਮੇਰੇ ਕਹਿਣ ਤੋਂ ਭਾਵ ਹੈ ਜਿਹੜੇ ਲੋਕ ਏਦਾਂ ਏਦਾਂ ਕਰਦੇ ਆ, ਲੋਕ ਕਹਿੰਦੇ ਸਨ, ਕਹਿੰਦੇ ਹਰਦਿਆਲ ਜੀ ਗਏ, ਲਾਲ ਸਿੰਘ ਜੀ ਨੇ, ਲਾਲ ਸਿੰਘ ਜੀ ਗਏ, ਕੈਪਟਨ ਅਮਰਿੰਦਰ ਸਿੰਘ ਦੇ ਬੜੇ ਸਨੇਹ ਆਏ ਹੋਣੇ ਆ, ਮੈਨੂੰ ਨਹੀਂ ਪਤਾ, ਬੜੇ ਆਏ ਹੋਣੇ ਆ, ਇਹ ਮੈਨੂੰ ਪੱਕਾ ਪਤਾ, ਕੈਪਟਨ ਅਮਰਿੰਦਰ ਸਿੰਘ ਨੇ ਬੜੇ ਗੋਡੇ ਟੇਕੇ ਹੋਣੇ ਆ ਕਿ ਆ ਜਾਓ, ਸਾਡੀ ਮਿੰਤ ਹੈ। ਅਕਾਲੀ ਦਲ ਵਾਲਿਆਂ ਨੇ ਬੜੇ ਲਾਏ ਜ਼ੋਰ, ਬੜਾ ਲਾਇਆ ਕਿ ਇੱਧਰ ਆ ਜਾਓ, ਟਿਕਟਾਂ ਲੈ ਲਓ ਤੇ ਲੜੋ, ਮੈਨੂੰ ਪਤਾ ਹੈ, ਮੈਨੂੰ ਇਹਨਾਂ ਨੇ ਦੱਸਿਆ ਨਹੀਂ ਹੈ, ਮੈਨੂੰ ਪਤਾ। ਲੇਕਿਨ ਇਸ ਦੇ ਬਾਵਜੂਦ ਇਹ ਹੈ, ਇਹਨਾਂ ਚ ਕਾਂਗਰਸ ਦਾ ਖੂਨ, ਇਹ ਟਸ ਤੋਂ ਮਸ ਨਹੀਂ ਹੋਏ, ਇਹਨਾਂ ਨੇ ਕਿਹਾ ਗਿਲਾ ਹੈ, ਗਿਲਾ ਰਹੇਗਾ। ਲੇਕਿਨ ਅੰਤਿਮ ਫੈਸਲਾ ਜੋ ਕਾਂਗਰਸ ਪਾਰਟੀ ਨੇ ਕਰ ਲਿਆ, ਅਸੀਂ ਉਹਦੇ ਤੇ ਫੁੱਲ ਚੜਾਵਾਂਗੇ। ਇਹ ਮੈਨੂੰ ਇਹਨਾਂ ਤੇ ਮਾਣ ਹੈ, ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਹੋਣਾ ਚਾਹੀਦਾ ਇਹਨਾਂ ਲੀਡਰਸ ਦਾ। ਅੱਜ ਦੇ ਲੋਕਾਂ ਦੇ ਵਿੱਚ ਸ਼ਾਮ ਨੂੰ ਲੋਕ ਇੱਧਰ ਚਲੇ ਜਾਂਦੇ ਆ ਤੜਕੇ, ਅਮਰਿੰਦਰ ਸਿੰਘ ਜੇ ਕਾਂਗਰਸ ਪਾਰਟੀ ਚ ਰਹਿੰਦਾ, ਜਿਸ ਪਰਨੀਤ ਕੌਰ ਜੀ ਅੱਜ ਵੀ ਚੋਣ ਹਾਰੇਗੀ, ਤੇ ਜੇ ਕਾਂਗਰਸ ਚ ਰਹਿੰਦੀ ਜੇ ਫਿਰ ਕੀ ਫਰਕ ਪੈਣਾ ਸੀਗਾ। ਜੇ ਕੈਪਟਨ ਅਮਰਿੰਦਰ ਸਿੰਘ ਨੂੰ 9.5 ਸਾਲ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਰੱਖਿਆ, ਜੇ 6 ਮਹੀਨੇ ਵਾਸਤੇ ਮੁੱਖ ਮੰਤਰੀ ਨਾ ਰਹਿੰਦਾ ਤਾਂ ਅੱਜ ਵੀ ਪੰਜਾਬ ਦਾ ਲੀਡਰ ਹੋਣਾ ਸੀਗਾ। MLA ਬਣਦੇ ਰਹਿੰਦੇ ਆ, MP ਬਣਦੇ ਰਹਿੰਦੇ ਆ, ਮੰਤਰੀ ਬਣਦੇ ਰਹਿੰਦੇ ਆ, ਮੁੱਖ ਮੰਤਰੀ ਬਣਦੇ ਰਹਿੰਦੇ ਆ, ਲੇਕਿਨ ਲੀਡਰ ਕਦੇ ਕਦੇ ਬਣਦੇ ਆ। ਲੀਡਰ ਲਾਲ ਸਿੰਘ ਜੀ ਤੇ ਹਰਦਿਆਲ ਕੰਬੋਜ ਤੇ ਆਹ ਜਿਹੜੇ ਮੰਚ ਤੇ ਰਜਿੰਦਰ ਸਿੰਘ ਜੀ ਵਰਗੇ ਬੈਠੇ ਹੈ, ਰਾਜਲਾ ਸਾਹਿਬ ਵਰੀ, ਇਹ ਲੀਡਰ ਹੈ। ਨਹੀਂ ਤਾਂ 5 ਵਾਰੀ ਬਣ ਗਿਆ, ਕੋਈ ਫਾਇਦਾ ਨਹੀਂ। ਲੀਡਰ ਬਣਨਾ ਬੜਾ ਔਖਾ ਹੈ, ਮੰਤਰੀ MLA ਮੁੱਖ ਮੰਤਰੀ ਬਣਨਾ ਬੜਾ ਸੌਖਾ ਹੈ। ਅੰਤਿਮ ਸਮੇਂ ਜਦੋਂ ਜਾਣਾ ਹੈ ਸ਼ਮਸ਼ਾਨ ਘਾਟ, ਉਦੋਂ ਲੋਕ ਗੱਲਾਂ ਕਰਦੇ ਆ ਕਿ ਯਾਰ ਬੜਾ ਜ਼ੁਬਾਨ ਵਾਲਾ ਬੰਦਾ ਸੀ, ਬੜਾ ਅਣਖੁਰ ਗੈਰਤ ਵਾਲਾ ਬੰਦਾ ਸੀ। ਇਸ ਬੰਦੇ ਨੇ ਟਸ ਤੋਂ ਮਸ ਨਹੀਂ ਕੀਤੀ, ਭਾਵੇਂ ਪਾਰਟੀ ਨੇ ਨਹੀਂ ਪੁੱਛਿਆ, ਲੇਕਿਨ ਆਪਦੀ ਜ਼ੁਬਾਨ ਤੇ ਰਿਹਾ। ਸੋ ਮੈਂ ਤੁਹਾਡਾ ਧੰਨਵਾਦ ਕਰਦਾ, ਪਰ ਮੈਂ ਬੇਨਤੀ ਕਰਦਾ ਅੱਜ ਆਪਦੇ ਵਰਿਸ਼ਠ ਲੀਡਰ ਸਾਹਿਬਾਨਾਂ ਨੂੰ, ਕਿਉਂਕਿ ਮੈਂ ਤਾਂ ਇਹਨਾਂ ਦੇ ਚਰਨਾਂ ਦੀ ਧੂੜ ਹੈ। ਮੇਰੀ ਉਨੀ ਉਮਰ ਨਹੀਂ, 46 ਸਾਲ ਮੇਰੀ ਉਮਰ ਹੈ, ਮੇਰੀ ਉਮਰ ਤੋਂ ਵੱਧ ਇਹਨਾਂ ਨੂੰ ਕਾਂਗਰਸ ਪਾਰਟੀ ਚ ਹੋ ਗਏ, ਮੈਂ ਇਹਨਾਂ ਨੂੰ ਕੀ ਸੇਧ ਦੇ ਸਕਦਾ। ਪਰ ਮੈਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਮੈਂ ਆਪਣੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਅਗਰ ਕੋਈ ਗੁਸਤਾਖੀ ਹੋਗੀ ਮੇਰੇ ਤੋਂ ਜਾਂ ਪਾਰਟੀ ਤੋਂ, ਮੈਂ ਇਸ ਲਈ ਤੁਹਾਡੇ ਤੋਂ ਹੱਥ ਜੋੜ ਕੇ ਖਿਮਾ ਮੰਗਦਾ ਤੇ ਨਾਲ ਹੀ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ, ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ, ਅਦਰਵਾਈਜ਼ ਤੁਹਾਡਾ ਕੱਦ ਮੇਰੇ ਤੋਂ ਵੱਡਾ ਹੈ, ਤੁਹਾਡਾ ਰੁਤਬਾ ਮੇਰੇ ਨਾਲੋਂ ਵੱਡਾ ਹੈ, ਤੁਹਾਨੂੰ ਗਾਂਧੀ ਪਰਿਵਾਰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਮੈਂ ਬੇਨਤੀ ਕਰਦਾ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ, ਹੁਣ ਜੋ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦਾ ਜੋ ਫੈਸਲਾ ਕਾਂਗਰਸ ਪਾਰਟੀ ਦਾ, ਆਪਾਂ ਸਾਰੇ ਇਕੱਠੇ ਹੋ ਕੇ ਉਹਦੇ ਤੇ ਫੁੱਲ, ਮੇਰੀ ਬੇਨਤੀ ਹੈ, ਚੜਾ ਕੇ ਇੱਕ ਐਸਾ ਸੁਨੇਹਾ ਦੇਈਏ,
ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਆਉਣ ਵਾਲੀਆਂ ਨਸਲਾਂ ਕਮ ਸੇ ਕਮ ਜਿਸ ਤਰੀਕੇ ਦੇ ਅੱਜ ਵਿਚਾਰਧਾਰਾ ਹੈ, ਅੱਜ ਟਿਕਟ ਨਹੀਂ ਮਿਲੀ ਜਲੰਧਰ ਦੀ, ਅੱਜ ਫਲਾਨੇ ਨੂੰ, ਅੱਜ ਉਧਰ ਹੋ ਗਿਆ, ਅੱਜ ਉਧਰ ਹੋ ਗਿਆ, ਸਾਨੂੰ ਇਹ ਪਤਾ ਹੀ ਨਹੀਂ ਕਿ ਕਿਹੜਾ ਸਿਆਸਤਦਾਨ ਕਿਹੜੀ ਪਾਰਟੀ ਚ ਹੈ। ਲੋਕ 3 ਮਹੀਨਿਆਂ ਚ 4-4 ਪਾਰਟੀਆਂ ਬਦਲ ਗਏ ਹੈ। ਇੱਕ ਸੁਨੇਹਾ ਦੇਈਏ ਆਉਣ ਵਾਲੀ ਪੀੜ੍ਹੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਐਸੀ ਸਿਆਸਤ ਵੀ ਹੁੰਦੀ ਹੈ ਜਿਹੜੀ ਲਾਲਚ ਤੋਂ ਬਿਨਾਂ ਤੇ ਲੋਭ ਤੋਂ ਬਿਨਾਂ ਹੁੰਦੀ ਹੈ। ਮੈਂ ਆਸ ਕਰੂੰਗਾ ਕਿ ਸਾਰੇ ਜਾਣੇ ਹੁਣ ਤਕੜੇ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਔਰ ਜ਼ਿੰਮੇਵਾਰੀ ਮੈਂ ਲੈਣਾ, ਤੁਹਾਡੀ ਜ਼ਿੰਮੇਵਾਰੀ ਲਾਲ ਸਿੰਘ ਜੀ ਲੈਣਗੇ, ਤੁਹਾਡੀ ਜ਼ਿੰਮੇਵਾਰੀ ਹਰਦਿਆਲ ਕੰਬੋਜ ਜੀ, ਕਾਕਾ ਰਜਿੰਦਰ ਸਿੰਘ ਜੀ, ਨਿਰਮਲ ਸਿੰਘ ਜੀ ਇਹ ਲੈਣਗੇ ਤੇ ਰਾਜਾ ਵੜਿੰਗ ਬਤੌਰ ਪ੍ਰਧਾਨ ਜਿਨ੍ਹਾਂ ਚਿਕਰ ਮੇਰੇ ਸ਼ਰੀਫ ਚ ਜਾਣ ਹੈ, ਅਸੀਂ ਲਵਾਂਗੇ, ਅਸੀਂ ਆਵਾਂਗੇ ਦੁੱਖ ਸੁੱਖ, ਅਸੀਂ ਖੜਾਂਗੇ ਥਾਣਿਆਂ ਦੇ ਵਿੱਚ, ਅਸੀਂ ਰਾਤ ਨੂੰ ਤੁਹਾਡੇ ਪਿੱਛੇ ਪਹਿਰਾ ਦਿਆਂਗੇ। ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਣੇ ਹੈ, ਪਰ ਪਾਰਟੀ ਦੇ ਫਤਵੇ ਨੂੰ ਤੇ ਵੱਡੀ ਲੜਾਈ ਦੇ ਆਸੇ ਅਸੀਂ ਤਕੜੇ ਹੋ ਕੇ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਾਣੀ ਕਿ ਧਰਮਵੀਰ ਗਾਂਧੀ ਨੂੰ ਹੁਣ ਵੋਟਾਂ ਪਾਉਣ ਦਾ ਫੈਸਲਾ ਕਰਨਾ ਹੈ। ਇਹ ਮੇਰੀ ਫਰਿਆਦ ਹੈ, ਹੱਥ ਜੋੜ ਕੇ ਬੇਨਤੀ ਹੈ। ਇਹਨੇ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪ੍ਰਵਾਨ। ਮੈਂ ਸਾਧ ਸੰਗਤ ਦਾ ਜਿੰਨੇ ਸਾਹਮਣੇ ਬੈਠੇ ਹੈ ਤੇ ਲੀਡਰ ਸਾਹਿਬਾਨਾਂ ਦਾ ਮਾਫੀ ਮੰਗਦਾ ਕਿਸੇ ਦਾ ਕੋਈ ਦਿਲ ਦਿਖਾਇਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।